ਕਿੱਥੇ ਹੈਗਾ, ਕਿੱਥੇ ਹੈਗਾ ਓਏ, ਕਿੱਥੇ ਹੈਗਾ? ਲਓ ਜੀ ਵੀਰ ਜੀ, ਗੱਲ ਇਹ ਕਿ ਇਹ ਜੰਮੂ ਦਾ ਦਰਖਤ ਹੈਗਾ ਜੀ, ਹੈ ਵੇਂਦੇ ਪਏ ਜੇ, ਇਹਦੇ ਉੱਤੇ ਕੱਲ੍ਹ ਪਰਸੋਂ ਦਾ ਤੋਤਾ ਫਸਿਆ ਖੜਾ, ਅਤੇ ਹੁਣ ਅਸੀਂ ਉਹਨੂੰ ਲੱਭਦੇ ਪਏ ਹਾਂ ਵੀ ਹੈ ਕਿੱਥੇ। ਉਹਨੂੰ ਬੜਾ ਅਸੀਂ ਕਲੋਜ਼ ਕਰਕੇ ਵੇਂਦੇ ਪਏ, ਲੇਕਿਨ ਸਾਨੂੰ ਨਜ਼ਰ ਨਹੀਂ ਆ ਰਿਹਾ। ਐਵੇਂ ਨਜ਼ਰ ਨਹੀਂ ਆ ਰਿਹਾ ਸਾਨੂੰ ਤੋਤਾ। ਮੈਂ ਉਹਨੂੰ ਕੱਲ੍ਹ ਦਾ ਵੇਖਦਾ, ਉਹਦੀਆਂ ਆਵਾਜ਼ਾਂ ਸੁਣ ਰਿਹਾ, ਚੀਂ ਚੀਂ ਕਰਦਾ ਵਿਚਾਰਾ, ਅਤੇ ਉਹਨੂੰ ਮੈਂ ਵੇਖ ਰਿਹਾ ਵੀ ਮੈਨੂੰ ਨਜ਼ਰ ਨਹੀਂ ਆ ਰਿਹਾ ਤੋਤਾ। ਕਿਉਂ ਵੀ ਤੁਹਾਨੂੰ ਨਜ਼ਰ ਆਇਆ? ਕਿੱਥੇ ਕਿੱਥੇ? ਓ ਚੋਟੀ 'ਤੇ। ਹਾਂਜੀ, ਅਸਲਾਮ ਵਾਲੇਕੁਮ ਬਾਈ ਜੀ, ਕੀ ਹਾਲ ਹੈ? ਠੀਕ ਹੋ? ਅਤੇ ਬਿਸਮਿਲ੍ਲਾ ਕਰਕੇ ਅੱਜ ਦਾ ਵਲੌਗ ਕਰੀਏ ਸ਼ੁਰੂ। ਅਤੇ ਮੇਰਾ ਨਾਮ ਹੈ ਰਾਜ ਸਫਦਰ, ਅਤੇ ਤੁਹਾਨੂੰ ਅੱਜ ਪਰੇਸ਼ਾਨੀ ਦਾ ਸਾਡਾ ਇੱਕ ਵਲੌਗ ਬਣਦਾ ਪਿਆ। ਵਲੌਗ ਇਸ ਤਰ੍ਹਾਂ ਦਾ ਕਿ ਤੋਤਾ ਨੇ ਪਾਇਲੋ ਨੂੰ, ਇੰਗਲਿਸ਼ 'ਚ ਮੈਂ ਨਾਂ ਨਹੀਂ ਆ ਰਿਹਾ ਵੀ ਕੀ ਕਹਿੰਦੇ ਨੇ, ਲੇਕਿਨ ਹੁਣ ਤੋਤੇ ਨੂੰ ਵੇਖਣੇ ਵੀ ਉਹ ਤੋਤਾ ਵਿਚਾਰਾ ਫਸਿਆ ਕਲਾ, ਅਤੇ ਦੁਆ ਕਰੋ ਵੀ ਕਿੱਥੇ ਹੈਗਾ। ਉਦੋਂ ਨੂੰ ਬਹਾਨੇ ਕੱਲ੍ਹ ਦਾ ਵਿਚਾਰਾ ਫਸਿਆ ਕਲਾ, ਅਤੇ ਲੇਕਿਨ ਅਸੀਂ ਸਮਝਿਆ ਕਿ ਉੱਥੇ ਉਹਦਾ ਕੋਈ ਖੁੱਡਾ ਛੁੱਡਾ ਜਾਂ ਫਸਲਾ ਵਗੈਰਾ ਹੋਏਗਾ, ਲੇਕਿਨ ਵੇਖਣੇ ਵੀ ਹੈ ਕਿੱਥੇ। ਅਤੇ ਤੁਸੀਂ ਸਾਰਾ ਸਾਨੂੰ ਦੰਦ ਦੱਸੋ, ਦੁਆ ਕਰੋ ਵੀ ਲੱਭ ਜਾਵੇ। ਜਾਨਵਰ ਹੈ ਅਤੇ ਗਰਮੀ ਹੈ ਬੜੀ, ਅਤੇ ਪਤਾ ਨਹੀਂ ਪਿਆਸ ਨਾਲ ਜਾਂ ਕਿਧਰੇ, ਵੇਖਣੇ ਆ ਜੰਮੂ ਦੇ ਦਰਖਤ ਕਿ ਜੰਮੂ ਥੱਲੇ ਸੁੱਟਦਾ ਪਿਆ ਟੁੱਕ ਟੁੱਕ ਕੇ। ਹਾਂ ਬਈ, ਕਿਧਰੇ ਨਜ਼ਰ ਆਇਆ ਜੀ? ਇਹ ਦੋ ਬੰਦੇ ਵੀ ਇਸੇ ਤੋਤੇ ਦੇ ਮਗਰ ਖਲੋਤੇ ਨੇ। ਕੀ ਕਹਿੰਦਾ? ਉਹ ਲੰਮੀ ਸੋਟੀ ਨਾਲ ਕਿਵੇਂ ਲੱਭਾਂਗੇ ਉਹਨੂੰ ਆਪਾਂ? ਏਡੀ ਲੰਮੀ ਜੀ ਇਸ ਟੀਵੀ 'ਤੇ ਤੋਤਾ ਹੋਣਾ, ਮੇਰਾ ਖਿਆਲ ਹੈ ਕਿ ਇੰਝ ਕਰਨੇ, ਮੈਂ ਤੁਹਾਨੂੰ ਦੱਸਣਾ ਇੰਝ ਕਰਨੇ, ਇਹਨੂੰ ਵੇਖਣੇ ਇੱਥੇ ਕਿਧਰੇ ਹੋਵੇ। ਚੰਗੀ ਤਰ੍ਹਾਂ ਇਕੱਠੇ ਕਰ ਲੈ ਜੰਮੂ, ਫਿਰ ਮੈਨੂੰ ਵੀ ਦੇਵੀ ਹੈ। ਹਾਂ ਬਈ, ਜੰਮੂ ਚੁੱਕ ਰਿਹਾ ਤੂੰ? ਹਾਂ, ਉੱਚੀ ਬੋਲਣਾ ਹੈ ਜੰਮੂ ਦਾ, ਕੀ ਮੈਂ ਸੁਣਿਆ ਤੈਨੂੰ ਜੰਮੂ ਦੇ ਬਾਰੇ 'ਚ ਬੜਾ ਪਤਾ ਹੈ। ਉੱਚੀ ਬੋਲ, ਉੱਚੀ। ਹਾਂ ਮੇਦੇ ਵਾਸਤੇ ਬੜੇ ਫਾਇਦੇਮੰਦ, ਮੇਦੇ ਵਾਸਤੇ ਬੜੇ ਫਾਇਦੇਮੰਦ ਨੇ ਜੰਮੂ। ਔਰ ਅਸੀਂ ਇਹ ਵੇਖੋ ਨਾ, ਥੱਲੇ ਡਿੱਗੇ ਪਏ ਨੇ, ਅਤੇ ਇਹ ਵੇਖਦੇ ਕਾਲੇ ਕਾਲੇ ਨਜ਼ਰ ਆ ਰਹੇ ਜੇ ਨਾ। ਇਹ ਤਾਂ ਹੁਣ ਤੋਤੇ ਦਾ ਬਾਰੇ ਕੁਝ ਸੋਚਣੇ ਵੀ ਪੌੜੀ ਲਿਆਉਂਦੇ ਹਾਂ ਤਾਂ ਸਿਸਟਮ ਕੁਝ ਚੱਲੇ ਸੀ, ਕੀ ਖਿਆਲ ਹੈ? ਕੁੱਕੂ ਉੱਥੇ ਨਾ ਮੈਂ ਗਿਆ ਨਾ ਜੰਮੂਆਂ ਕੋਲ, ਅਤੇ ਤੋਤਾ ਉੱਥੇ ਫਸਿਆ ਖੜਾ ਸੀ, ਮੈਂ ਤੈਨੂੰ ਦਿਖਾਉਣਾ। ਲੇਕਿਨ ਹੁਣ ਨਾ ਮੈਂ ਜਾਊਂ ਜੰਮੂਆਂ ਦੇ ਕੋਲ ਜਾ ਕੇ ਵੇਖਣਾ, ਅਤੇ ਤੂੰ ਧਿਆਨ ਨਾਲ ਪੜ, ਠੀਕ ਹੈ? ਮੈਂ ਫਿਰ ਤੈਨੂੰ ਤੋਤਾ ਵਿਖਾ, ਉੱਥੇ ਜੰਮੂ ਨਹੀਂ ਹੈਗਾ ਜੰਮੂ, ਉੱਥੇ ਤੋਤਾ ਫਸਿਆ ਖੜਾ,
ਤੇ ਮੈਂ ਜਾ ਕੇ ਉਹਨੂੰ ਵੇਖਣਾ ਵੀ ਕਿੱਥੇ ਫਸਿਆ ਖੜਾ, ਫਿਰ ਤੈਨੂੰ ਦਿਖਾਵਾਂਗਾ, ਠੀਕ ਹੈ? ਜੰਮੂ ਦੇ ਉੱਤੇ? ਹਾਂ, ਜੰਮੂ ਦੇ ਉੱਤੇ ਪੇੜ ਦੇ ਉੱਤੇ ਨਾ? ਹਾਂ, ਉਹ ਮੈਂ ਤੁਹਾਨੂੰ ਵਿਖਾ। ਹੈਂ? ਲਤਕਿਆ ਖੜਾ। ਤੇ ਤੂੰ ਵੀ ਪਾ ਇਹਨੂੰ ਪੜ੍ਹਾ ਚੰਗੀ ਤਰ੍ਹਾਂ, ਠੀਕ ਹੈ? ਸਬਕ ਯਾਦ ਕਰਾ ਇਹਨੂੰ ਅੱਛੇ ਤਰੀਕੇ, ਠੀਕ ਹੈ? ਇੰਗਲਿਸ਼ ਯਾਰ ਮੈਨੂੰ ਨਹੀਂ ਆਉਂਦੀ, ਇੰਗਲਿਸ਼ ਮੈਨੂੰ ਨਹੀਂ ਆਉਂਦੀ, ਤੂੰ ਕੁੱਕੂ ਕੋਲ ਪੁੱਛ, ਠੀਕ ਹੈ? ਯਾਰ ਤੋਤਾ ਤਾਂ ਫਸਿਆ ਨਹੀਂ ਹੈਗਾ ਸੀ, ਤੁਸੀਂ ਮੈਨੂੰ ਵੱਖਰੇ ਉਠਾ ਦਿੱਤਾ। ਕੋਈ ਤੋਤਾ ਤਾਂ ਨਹੀਂ ਦਰਖਤ 'ਤੇ? ਕੋਈ ਤੋਤਾ ਵਿਵਰ ਦੱਸੋ, ਕੋਈ ਤੋਤਾ ਦਰਖਤ 'ਤੇ ਫਸ ਸਕਦਾ? ਉਹਨੇ ਬਹਿਣਾ ਸਰਕਾਰ, ਉਹਨੇ ਆਪੇ ਹੀ ਬਹਿ ਜਾਣਾ ਸਕੂਲ ਦਾ। ਭਾਅ ਜੀ ਡੋਰ ਸ਼ੋਰ ਵੀ ਹੋ ਸਕਦੀ ਹੈ, ਤੋਤੇ ਦੇ ਪੈਰ 'ਚ ਡੋਰ ਸ਼ੋਰ ਵੀ ਹੋ ਸਕਦਾ। ਉਹ ਪਾਪਾ ਤੋਤਾ ਡੋਰ ਆਦੇ ਫਸਾਣਾ ਹੀ ਹੁੰਦਾ ਪੈਰ 'ਚ। ਲਓ ਜੀ, ਜਾਨਵਰ ਦਾ ਕਿਹੜਾ ਹੁੰਦਾ? ਨਹੀਂ ਯਾਰ ਫਸ ਨਹੀਂ ਸਕਦਾ, ਦੇਖ ਮੇਰੀ ਗੱਲ ਸੁਣੋ, ਅਗਰ ਫਸਿਆ ਹੁੰਦਾ ਉਹਨੂੰ ਉੱਥੇ ਥੱਲੇ ਲਮਕ ਜਾਣਾ ਸੀ, ਜੇ ਤੋਤਾ ਫਸਿਆ ਹੀ ਨਹੀਂ ਦਾ। ਸਾਡੇ ਯਾਰ ਮੈਨੂੰ ਵੀ ਬਿਠਾ ਦਿੱਤਾ ਜੀ ਨੀਂਦਰ 'ਚ, ਉਠਾ ਦਿੱਤਾ ਤੋਤਾ ਫਸ ਗਿਆ ਸੀ ਦਰਖਤ 'ਤੇ। ਪਿੰਜਰੇ 'ਚ ਹੋਏ ਤਾਂ ਬੰਦਾ ਮੰਨਦਾ ਹੈ, ਉਹਦੇ ਉੱਤੇ ਕਿਹੜਾ ਤੋਤਾ ਫਸ ਸਕਦਾ? ਚਲੋ ਠੀਕ ਹੈ ਜੀ, ਠੀਕ ਹੈ। ਹੁਣ ਫਿਰ ਕੀ ਕਰਨਾ ਚਾਹੀਦਾ? ਅਸਲ ਚ ਜਾਂਦਾ ਡਰ ਸਾਨੂੰ ਵੇਖ ਕੇ ਨਾ, ਤੈਨੂੰ ਵੇਖ ਕੇ ਇਹ ਲਾਲੀ ਆ ਬਾਈ ਆ, ਇਹ ਲਾਲੀ ਤੂੰ ਤੋਤਾ ਬਣਾਈ ਖੜਾ। ਜਾਨ ਛੁੱਟ ਜਾਏਗੀ, ਠੀਕ ਹੈ? ਚੱਲ ਬਈ ਤੁਸੀਂ ਉੱਠ, ਉਹ ਮਲੰਗੀ।